ਅੱਜ ਮੈਂ ਮੋਰਨਿੰਗ ਜਦੋਂ ਉੱਠੀ ਤਾਂ ਮੈਨੂੰ ਪਹਿਲਾਂ ਤਾਂ ਮੈਂ ਕੱਲ੍ਹ ਬਣਾਉਣੀ ਸੀਗੀ ਉਹ ਰੈਸਪੀ, ਬਟ ਮੈਂ ਫਿਰ ਰਾਤ ਲੇਟ ਹੋ ਗਈ ਸੀਗੀ ਇਸ ਕਰਕੇ ਮੈਂ ਨਹੀਂ ਬਣਾਈ। ਅਤੇ ਫਿਰ ਮੈਂ ਹੁਣ ਮੈਂ ਸੋਚਿਆ ਮੈਂ ਕਿ ਵੀ ਹੁਣ ਬਣਾ ਲੈਂਦੀ ਹਾਂ ਅਤੇ ਮੈਂ ਨਾਲੇ ਤੁਹਾਡੇ ਨਾਲ ਸ਼ੇਅਰ ਕਰ ਲੂੰਗੀ। ਅਤੇ ਰਾਤ ਅਸੀਂ ਪਏ ਸੀਗੇ 3:30 ਵਜੇ, ਬਿਕੋਜ਼ ਆਹ ਬੰਦਾ ਜਿਹੜਾ ਸਾਡਾ ਇਹ ਸਭ ਤੋਂ ਲੇਟ ਸੌਂਦਾ ਹੈਗਾ। ਇਹ ਵੈਸੇ ਤਾਂ ਹੱਦ ਇਹ 1 ਵਜੇ ਸੌਂ ਜਾਂਦੀ ਹੁੰਦੀ ਸੀਗੀ, ਮਤਲਬ ਵੈਸੇ ਤਾਂ ਇਹਦਾ 11 ਦਾ ਟਾਰਗੇਟ ਹੈ ਵੀ 11:15 ਇਹਨੇ ਸੌਂ ਜਾਣਾ ਹੁੰਦਾ ਹੈਗਾ ਖੇਡ ਕੇ। ਅਤੇ ਜੇ ਸਮ ਟਾਈਮ ਇਹ ਖੇਡ ਲੱਗ ਗਈ ਤਾਂ 1 ਵਜਾ ਦਿੰਦੀ ਸੀਗੀ, ਪਰ ਰਾਤ ਇਹਨੇ ਹੱਦ ਕਰਤੀ, ਰਾਤ ਇਹ ਸੋਚੀ ਹੈਗੀ 3:30, ਬਿਕੋਜ਼ ਇਹਨੂੰ ਸ਼ਾਇਦ ਕੱਲ੍ਹ ਮਨਪ੍ਰੀਤ ਨੇ ਦਿਨੇ ਜ਼ਿਆਦਾ ਟਾਈਮ ਪਾਤਾ ਹੋਊਗਾ ਅਤੇ ਰਾਤ ਇਹਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗ ਰਹੀ ਸੀ। ਆਈ ਮੀਨ ਮਨਪ੍ਰੀਤ ਨੇ, ਮੈਨੂੰ ਲੱਗਦਾ ਗਾ ਵੀ ਉਹਨਾਂ ਨੇ ਸ਼ਾਇਦ ਇਹਨੂੰ ਦੁੱਧ ਵੀ ਥੋੜ੍ਹਾ ਲੇਟ ਵੇਟ ਦਿੱਤਾ ਹੋਊਗਾ ਦਿਨ 'ਚ। ਕਹਿੰਦੇ ਜੇ ਬੱਚੇ ਦਿਨ 'ਚ ਭੁੱਖੇ ਰਹਿ ਜਾਣ ਤਾਂ ਉਹ ਰਾਤ ਨੂੰ ਜਿਹੜਾ ਹੈਗਾ ਜ਼ਿਆਦਾ ਦੁੱਧ, ਮਤਲਬ ਲਾਈਕ ਉਹਨਾਂ ਨੂੰ ਭੁੱਖ ਲੱਗਦੀ ਹੈਗੀ। ਇਸ ਕਰਕੇ ਇਹ ਕਾਕਾ ਰਾਤ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਦੁੱਧ ਪੀਂਦਾ ਰਿਹਾ ਅਤੇ ਖੇਡਦਾ ਰਿਹਾ। ਜਦੋਂ ਇਹ ਰੱਜ ਗਿਆ 3:30 ਵਜੇ ਪੂਰੀ ਇਹਦੀ ਟੈਂਕੀ ਹੋ ਗਈ ਕੰਪਲੀਟ, ਫਿਰ ਸੁੱਤਾ ਇਹ। ਹੁਣ ਇਹ ਨਹੀਂ ਉੱਠਦਾ, ਪਹਿਲਾਂ ਮੈਂ ਸੋਚਿਆ ਸੀ ਵੀ ਮੈਂ ਇਹਨੂੰ ਸੌਣ ਨਹੀਂ ਦੇਣਾ, ਮੈਂ ਇਹਨੂੰ 11:00 ਵਜੇ ਉਠਾ ਲੂੰਗੀ, ਬਟ ਮੈਂ ਇਹਨੂੰ ਨਹੀਂ ਉਠਾ ਰਹੀ। ਜੇ ਮੈਂ ਇਹਨੂੰ ਉਠਾਊਂਗੀ ਤਾਂ ਮੇਰਾ ਹੀ ਨੁਕਸਾਨ ਹੈਗਾ। ਮੇਰਾ ਨੁਕਸਾਨ ਇੱਦਾਂ ਗਾ ਵੀ ਮੈਨੂੰ ਇਹਨੇ ਕੁਛ ਨਹੀਂ ਕਰਨ ਦੇਣਾ। ਹੁਣ ਮੈਂ ਮਸ਼ੀਨ 'ਚ ਕੱਪੜੇ ਪਾਏ ਹੋਏ ਨੇ, ਮੈਂ ਉਹ ਵੀ ਕੱਢਣੇ ਨੇਗੇ, ਅਤੇ ਬਾਕੀ ਇੱਕ ਮੈਂ ਰੈਸਿਪੀ ਬਣਾਉਣੀ ਆ ਉਹ ਇਹਦੇ ਲਈ ਬਣਾਉਣੀ ਆ, ਅਤੇ ਉਹ ਬੱਚਿਆਂ ਦੇ ਲਈ ਬਣਾਉਣੀ, ਮਤਲਬ ਮੈਂ ਤਾਂ ਬਣਾ ਰਹੀ ਹਾਂ ਬਿਕੋਜ਼ ਬੱਚਿਆਂ ਨੂੰ ਵੈਸੇ ਤਾਂ ਆਪਾਂ ਹੈ ਨਾ ਜਦੋਂ 6 ਮੰਥ ਦਾ ਹੋ ਜਾਂਦਾ ਸਾਰਾ ਕੁਛ ਖਵਾਉਣਾ ਪਿਲਾਉਣਾ ਸਟਾਰਟ ਕਰਦੇ ਨੇ, ਲਾਈਕ ਫਰੂਟਸ ਪਿਊਰੀ ਵੀ ਉਹ ਖਾ ਸਕਦੇ ਨੇਗੇ, ਆਪਾਂ ਉਹਨਾਂ ਨੂੰ ਮੈਸ਼ ਕਰਕੇ ਫਰੂਟ ਦਿੰਦੇ ਹਾਂਗੇ ਅਤੇ ਹੋਰ ਜੋ ਵੀ ਆਪਾਂ ਖਾ ਰਹੇ ਹਾਂ ਉਹਦੇ ਮੂੰਹ 'ਚ ਪਾ ਸਕਦੇ ਹਾਂਗੇ, ਪਰ ਉਹ ਮੈਂ ਸਪੈਸ਼ਲ ਇਹਦੇ ਲਈ ਤਾਂ ਬਣਾ ਰਹੀ ਹਾਂਗੀ। ਉਹਦੇ ਨਾਲ ਕੀ ਹੈਗਾ ਵੀ ਇਹ ਥੋੜ੍ਹਾ ਜ਼ਿਆਦਾ ਇਹਨੂੰ ਕੁਆਂਟਿਟੀ ਦੇ ਵਿੱਚ ਖਵਾ ਸਕਦੇ ਹਾਂਗੇ, ਕਿਉਂਕਿ ਜਿਵੇਂ ਆਪਾਂ ਇਹਨੂੰ ਨੋਰਮਲ ਰੋਟੀ ਸਬਜ਼ੀ ਲਾ ਲਾ ਕੇ ਦੇ ਰਹੇ ਹਾਂਗੇ ਉਹ 'ਚ ਇੱਦਾਂ ਹੈਗਾ ਵੀ ਉਹ ਆਪਣੇ ਟੇਸਟ ਦੀ ਬਣੀ ਹੁੰਦੀ ਹੈਗੀ, ਲਾਈਕ ਨਮਕ ਮਿਰਚ ਹੈ ਨਾ ਥੋੜ੍ਹਾ ਅਸੀਂ ਤੇਜ਼ ਖਾਂਦੇ ਹਾਂ ਉਹਦੇ ਕਰਕੇ, ਤਾਂ ਸੋਚਣਾ ਪੈਂਦਾ ਹੈਗਾ ਵੀ ਇਹਦੇ ਮੂੰਹ 'ਚ ਕਿਤੇ ਜ਼ਿਆਦਾ ਨਾ ਚਲਿਆ ਜਾਵੇ ਹੈ ਨਾ। ਦੂਜਾ ਚਲੋ ਰੋਟੀ ਦੀ ਬੁਰਕੀ ਨਾਲ ਪਾਉਂਦੇ ਹਾਂ, ਫਿਰ ਐਂ ਲੱਗਦਾ ਹੈਗਾ ਵੀ ਜੇ ਰੁੱਖੀ ਰੋਟੀ ਵੀ ਨਾ ਪਾਈਏ ਵੀ ਇੱਦਾਂ ਇਹਨੂੰ ਟੇਸਟ ਦਾ ਕੀ ਪਤਾ ਲੱਗੂਗਾ ਸਬਜ਼ੀਆਂ ਦਾ। ਇਸ ਕਰਕੇ ਮੈਂ ਇਹਨੂੰ ਸਬਜ਼ੀ ਲਾ ਕੇ ਹੀ ਮਤਲਬ ਬੁਰਕੀ ਜਿਹੜੀ ਹੈ ਛੋਟੀ ਜਿਹੀ ਪਾਉਣੀ ਹੁੰਦੀ ਹੈ ਇਹਦੇ ਮੂੰਹ 'ਚ, ਪਰ ਫਿਰ ਵੀ ਹੈ ਨਾ ਉਹਦੇ ਨਾਲ ਉੱਦਾਂ ਨਹੀਂ ਰੱਜਦੀ, ਉਹ ਜਸਟ ਐਜ਼ ਆ ਟੇਸਟ ਹੀ ਹੁੰਦੀ ਹੈਗੀ ਕਿ ਬੱਚੇ ਨੂੰ ਟੇਸਟ ਪਤਾ ਲੱਗ ਸਕੇ ਹਰ ਇੱਕ ਚੀਜ਼ ਦਾ। ਫਰੂਟਸ ਨੇ ਇਹ ਥੋੜ੍ਹਾ ਬਿਮਾਰ ਹੋ ਗਈ ਸੀਗੀ, ਬਨਾਨਾ ਵੀ ਇਹਦੇ ਲਈ ਠੰਡਾ ਸੀਗਾ, ਸੋ ਉਹ ਵੀ ਮੈਂ 2 ਦਿਨਾਂ ਦਾ 3 ਦਿਨਾਂ ਦਾ ਇਹਨੂੰ ਨਹੀਂ ਖਵਾਇਆ, ਅਤੇ ਐਪਲ ਇਹਨੂੰ ਤਾਂ ਨਹੀਂ ਸੀ ਖਵਾਇਆ ਬਿਕੋਜ਼ ਇਹਨੂੰ ਖੰਘ ਹੋਈ ਹੋਈ ਸੀਗੀ ਹੈ ਨਾ, ਇਹਨੂੰ ਕੋਲਡ ਲਾਈਕ ਅਤੇ ਜਿਹੜੀ ਆ ਕਾਫੀ ਇਹਨੂੰ ਇਕੱਠੇ ਜਿਹੇ ਹੋ ਗਏ ਸੀਗੇ। ਫਿਰ ਮੈਂ ਦੋਨੋਂ ਚੀਜ਼ਾਂ ਉਹ ਬੰਦ ਕਰਤੀਆਂ ਸੀਗੀਆਂ, ਪਰ ਹੁਣ ਮੈਂ ਦੁਬਾਰਾ ਤੋਂ ਇਹਨੂੰ 2 ਦਿਨ ਹੋ ਗਏ, 3 ਦਿਨ ਇਹ ਠੀਕ ਆ ਗਈ, ਅਤੇ ਮੈਂ ਦੁਬਾਰਾ ਇਹਨੂੰ ਉਹੀ ਸਾਰਾ ਜਿਹੜਾ ਹੈਗਾ ਖਵਾਉਣਾ ਪਿਲਾਉਣਾ ਸਟਾਰਟ ਕਰੂੰਗੀ। ਅਤੇ ਸਾਡੇ ਹੈਗੀ ਹੈਗੀ ਜ਼ਿਆਦਾ ਠੰਡ, ਅਤੇ ਇਸ ਕਰਕੇ ਮਤਲਬ ਬਾਹਰ ਇੰਨਾ ਕੁ ਜ਼ਿਆਦਾ ਮੌਸਮ ਖਰਾਬ ਹੈ ਨਾ ਕਿ ਬਾਹਰ ਜਾਣ ਨੂੰ ਵੀ ਜੀ ਨਹੀਂ ਕਰਦਾ, ਪਰ ਮੈਂ ਅੱਜ ਸਮਾਨ ਬਹੁਤ ਲੈ ਕੇ ਆਉਣਾ ਸੀਗਾ, ਮੈਂ ਜਾਂਦੀ ਨਹੀਂ ਹੈਗੀ, ਮੈਂ ਕੱਲ੍ਹ ਜਦੋਂ ਜੋਬ 'ਤੇ ਜਾਊਂਗੀ ਚਲੋ ਐਂ ਹੋਊਗਾ ਵੀ 2:30 ਵਜੇ ਜਦੋਂ ਹੀ ਫਿਨਿਸ਼ ਹੋਊਗਾ ਮੈਂ ਉਦੋਂ ਹੀ ਬਾਏ ਕਰ ਲਊਂਗੀ ਸਮਾਨ, ਸੋ ਮੈਂ ਹੁਣ ਜਾ ਕੇ ਟਾਈਮ ਆਪਦਾ ਨਹੀਂ ਖਰਾਬ ਕਰੂੰਗੀ। ਅੱਜ ਮੈਂ ਇਹਦੇ ਲਈ ਪਹਿਲਾਂ ਤਾਂ ਉਹ ਰੈਸਪੀ ਬਣਾਉਣੀ ਹੈਗੀ, ਅਤੇ ਉਹ ਰੈਸਪੀ ਬਹੁਤ ਜ਼ਿਆਦਾ ਹੈਲਦੀ ਹੈ ਵੀ ਆਪਾਂ ਨੂੰ ਬੱਚਿਆਂ ਨੂੰ ਦੇਣੀ ਚਾਹੀਦੀ ਹੈ, ਉਹਦੇ ਨਾਲ ਬ੍ਰੇਨ ਵੀ ਡਿਵੈਲਪ ਹੁੰਦਾ ਹੈਗਾ, ਮਤਲਬ ਬ੍ਰੇਨ ਆਪਾਂ ਕਹਿ ਸਕਦੇ ਹਾਂ ਵੀ ਬ੍ਰੇਨ ਲਈ ਵੀ ਵਧੀਆ ਨੇਗੇ, ਹੈਲਥ ਲਈ ਵਧੀਆ ਨੇਗੇ, ਰੱਜ ਜੂਗਾ ਬੱਚਾ ਉਹਦੇ ਨਾਲ, ਮਤਲਬ ਕਿ ਜੇ ਉਹ ਆਪਾਂ ਬਣਾ ਕੇ ਦਿੰਦੇ ਹਾਂ ਉਹ ਹਲਕਾ ਵੀ ਹੁੰਦਾ ਹੈਗਾ, ਇਹ ਨਹੀਂ ਹੈਗਾ, ਮਤਲਬ ਬੱਚੇ ਨੂੰ ਹੈਲਦੀ ਵੀ ਰੱਖੂਗਾ, ਹਲਕਾ ਵੀ ਸਾਰਾ ਕੁਛ ਹੈ, ਅਤੇ ਬੱਚੇ ਦਾ ਢਿੱਡ ਵੀ ਭਰੂਗਾ ਹੈ ਨਾ, ਅਤੇ ਜਿਹਦੇ ਨਾਲ ਕੀ ਹੈ ਕਿ ਵਾਰੀ ਵਾਰੀ ਉਹਨੂੰ ਦੁੱਧ ਪੀਣ ਦੀ ਜ਼ਰੂਰਤ ਨਹੀਂ ਪਊਗੀ, ਬਾਕੀ ਉਹਨੂੰ ਫੂਡ ਖਾਣ ਦੀ ਆਦਤ ਪੈ ਜੂਗੀ।
ਚਲੋ ਅੱਜ ਆਪਾਂ ਉਹ ਬਣਾਵਾਂਗੇ ਕਿਚਨ ਦੇ ਵਿੱਚ, ਨਾਲ ਨਾਲ ਆਪਣੇ ਦੂਜੇ ਟਾਸਕ ਨੇ ਜਿਹੜੇ ਉਹ ਫਿਨਿਸ਼ ਕਰਾਂਗੇ। ਉਹ ਰੈਸਪੀ ਦੇਖਣ ਲਈ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਿਓ, ਐਂਡ ਤੱਕ ਜ਼ਰੂਰ ਬਣੇ ਰਹੋ ਬਲੌਗ 'ਤੇ। ਅਤੇ ਚਲੋ ਆਪਾਂ ਪਹਿਲਾਂ ਜਿਹੜੇ ਨਾਲ ਦੇ ਛੋਟੇ ਛੋਟੇ ਟਾਸਕ ਨੇ ਉਹ ਕੰਪਲੀਟ ਕਰ ਲਈਏ। ਮੈਂ ਸਵੇਰੇ ਹੁਣੇ ਰੈਡੀ ਹੋਈ ਸੀਗੀ, ਪਹਿਲਾਂ ਮੇਰੀ ਜਾਣ ਦੀ ਸਲਾਹ ਸੀਗੀ ਸੋਨੂੰ ਦੱਸਿਆ, ਪਰ ਹੁਣ ਮੈਂ ਜਾਣਦਾ ਜਿਹੜਾ ਕੈਂਸਲ ਕੀਤਾ, ਬਿਕੋਜ਼ ਜੇ ਮੈਂ ਚਲੀ ਗਈ ਤਾਂ ਮੇਰੇ ਸਾਰੇ ਕੰਮ ਰਹਿ ਜਾਣੇ ਨੇ। ਦੂਜਾ ਇਹ ਬੰਦੇ ਨੂੰ ਉਠਾਉਣਾ ਪੈਣਾ ਹੈਗਾ, ਜੇ ਮੈਨੂੰ ਉਠਾਉਂਗੀ ਤਾਂ ਫਿਰ ਕੁਛ ਵੀ ਨਹੀਂ ਹੋਣਾ, ਬਾਹਰ ਠੰਡ ਵੀ ਹੈ, ਹੋਰ ਜ਼ਿਆਦਾ ਬਿਮਾਰ ਹੋਊਗੀ। ਸੋ ਸਾਰਾ ਪਲੈਨ ਮੈਂ ਕੈਂਸਲ ਕਰਤਾ, ਕੈਂਸਲ ਕਰਕੇ ਮੈਂ ਸਿਰਫ ਰੈਸਪੀ ਨੂੰ ਹੀ ਬਣਾਉਣ ਦਾ ਆਪਦਾ ਜਿਹੜਾ ਕੰਮ ਹੈ ਮੈਂ ਉਹ ਕਰਨਾ ਹੈਗਾ, ਬਿਕੋਜ਼ ਫਿਰ ਕੱਲ੍ਹ ਨੂੰ ਫਿਰ ਜੋਬ ਹੈ, ਪਰਸੋਂ ਨੂੰ ਅਸੀਂ ਜਾਣਾ ਹੈਗਾ ਘੁੰਮਣ, ਅਤੇ ਉਹ ਕਿੱਥੇ ਜਾਵਾਂਗੇ ਉਹ ਤੁਹਾਨੂੰ ਪਰਸੋਂ ਦੇ ਵਲੌਗ 'ਚ ਹੀ ਪਤਾ ਲੱਗੂਗਾ, ਜਿਹੜਾ ਮਤਲਬ ਇੱਕ ਦਿਨ ਬਾਅਦ ਹੀ ਅਪਲੋਡ ਹੋਣਾ ਹੈਗਾ ਵੈਸੇ ਤਾਂ। ਅਤੇ ਮਤਲਬ ਜਾਵਾਂਗੇ ਪਰਸੋਂ ਸੰਡੇ ਜਾਵਾਂਗੇ, ਅਤੇ ਬਹੁਤ ਹੀ ਇੰਟਰਸਟਿੰਗ ਪਲੇਸ ਹੈ ਜਿੱਥੇ ਅਸੀਂ ਜਾਵਾਂਗੇ, ਉਹ ਬਲੌਗ ਤੁਹਾਨੂੰ ਮੰਡੇ ਮਿਲ ਜੂਗਾ, ਅਤੇ ਉਹ ਜ਼ਰੂਰ ਦੇਖਿਓ। ਅਤੇ ਲਓ ਜੀ ਹੁਣ ਆਪਾਂ ਚੱਲੀਏ ਕਿਚਨ 'ਚ, ਕੱਪ ਮੈਂ ਚਾਹ ਵਾਲਾ ਚੱਕ ਲਿਆ ਨਾਲ ਨਾਲ, ਹੁਣ ਇਹ ਤਾਂ ਸੁੱਤੀ ਪਈ ਹੈ, ਇਹਨੂੰ ਸੁੱਤੀ ਹੀ ਰਹਿਣ ਦਿੰਦੀ ਹਾਂ ਮੈਂ। ਪਹਿਲਾਂ ਮੈਂ ਰੋਟੀ ਖਾ ਲੂੰਗੀ, ਨਾਲੇ ਕੱਪੜੇ ਜਿਹੜੇ ਨੇ ਮਸ਼ੀਨ 'ਚੋਂ ਕੱਢ ਦੂੰਗੀ, ਫਿਰ ਹੀ ਉਹ ਕਰਾਂਗੇ। ਰਾਤ ਬਣੇ ਸੀਗੇ ਸ਼ਲਗਮ, ਨਾਲ ਮੈਂ ਲੈ ਲਿਆ ਅਚਾਰ, ਆਪਾਂ ਮੱਕੀ ਦੀ ਰੋਟੀ ਕੱਢ ਲਈਏ ਹੁਣ। ਮੱਕੀ ਦੀ ਰੋਟੀ ਮੈਂ ਲੱਗਦੀ ਹੈਗੀ ਖਾਣ, ਫਿਰ ਉਸ ਤੋਂ ਬਾਅਦ ਮੈਂ ਕੱਪੜੇ ਨੇ ਜਿਹੜੇ ਉਹ ਕੱਢ ਕੇ ਮਸ਼ੀਨ 'ਚੋਂ ਲਿਆ ਕੇ ਰੱਖ ਕੇ ਮੈਂ ਕਿਹਾ ਸੁੱਕਣੇ ਫਿਰ ਪਾਊਂਗੀ, ਪਹਿਲਾਂ ਰੋਟੀ ਖਾ ਲਾਂ। ਚੱਲ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਤੁਹਾਡੇ ਆਪਣੇ ਯੂਟਿਊਬ ਚੈਨਲ ਪੰਗੂ ਬਲੌਗ ਦੇ ਉੱਪਰ। ਮੈਂ ਖੜੀ ਹਾਂ ਕਿਚਨ ਦੇ ਵਿੱਚ, ਬਿਕੋਜ਼ ਮੈਂ ਜਿਹੜੀ ਉਹ ਰੈਸਪੀ ਬਣਾਉਣੀ ਸੀਗੀ, ਮੈਂ ਸੋਚਿਆ ਵੀ ਚਲੋ ਹੁਣ ਮੈਂ ਬਣਾ ਲੈਂਦੀ ਹਾਂ ਰੋਟੀ। ਰੋਟੀ ਮੈਂ ਖਾ ਚੁੱਕੀ ਹੈਗੀ, ਬਸ ਥੋੜ੍ਹੇ ਜਿਹੇ ਕੱਪੜੇ ਨੇਗੇ ਸੁੱਕਣੇ ਪਾਉਣ ਵਾਲੇ, ਉਹ ਮੈਂ ਪਾ ਦੇਵਾਂ। ਅਤੇ ਉਹ ਮੈਂ ਥੋੜ੍ਹਾ ਡਰਾਈ ਰੋਸਟ ਕਰਕੇ ਬਣਾਉਣੀ ਆ, 8 ਦਿਨਾਂ ਦੀ 9 ਦਿਨਾਂ ਦੀ ਇਕੱਠੀ ਬਣਾ ਲੂੰਗੀ ਮੈਂ, ਬਿਕੋਜ਼ ਉਹ ਖਰਾਬ ਨਹੀਂ ਹੋਊਗੀ। ਮਤਲਬ ਕਿ ਉਹ ਸਾਰੀ ਚੀਜ਼ਾਂ ਨੇ ਜਿਹੜੀਆਂ ਡਰਾਈ ਰੋਸਟ ਕਰਕੇ ਬਣਾਈਆਂ ਜਾਣਗੀਆਂ, ਜਿਹਦੇ ਕਰਕੇ ਉਹਨੂੰ ਆਪਾਂ 8-9 ਦਿਨ ਸਟੋਰ ਕਰ ਸਕਦੇ ਹਾਂਗੇ। ਕੋਈ ਫਰਿੱਜ 'ਚ ਰੱਖਣ ਦੀ ਲੋੜ ਨਹੀਂ, ਨੋਰਮਲ ਰੂਮ ਟੈਂਪਰੇਚਰ 'ਤੇ ਆਪਾਂ ਸਟੋਰ ਕਰਾਂਗੇ, ਕਿਉਂਕਿ ਉਹਨੂੰ ਬਣਾਉਣਾ ਟਾਈਮ 'ਤੇ ਹੋਊਗਾ। ਉਹਦੀ ਜਿਹੜੀ ਇਨਗਰੀਡੀਐਂਟਸ ਨੇ ਮੈਂ ਉਹ ਰੈਡੀ ਕਰਕੇ ਰੱਖ ਲੂੰਗੀ, ਅਤੇ ਉਹ ਕੀ ਬਣਾਉਣਾ ਉਹ ਅੱਗੇ ਤੁਹਾਨੂੰ ਵੀਡੀਓ 'ਚ ਕੰਟੀਨਿਊ ਪਤਾ ਲੱਗੂਗਾ। ਪਹਿਲਾਂ ਕੱਪੜੇ ਸੁੱਕਣੇ ਪਾ ਲਈਏ ਆਪਾਂ, ਬਿਕੋਜ਼ ਬਹੁਤ ਸਾਰੇ ਪਏ ਨੇਗੇ। ਚਲੋ ਆ ਜਾਓ ਫਿਰ ਕੱਪੜੇ ਸੁੱਕਣੇ ਪਾਈਏ। ਸਟੈਂਡ ਦੇ ਉੱਤੇ ਹੁਣ ਆਪਾਂ ਕਰੀਏ ਆਪਣੀ ਰੈਸਪੀ ਸਟਾਰਟ। ਪਹਿਲਾਂ ਆਪਾਂ ਚੱਕ ਲਈਏ ਸਮਾਨ, ਸਮਾਨ ਮੈਂ ਕੱਲ੍ਹ ਬਾਏ ਕਰ ਲਿਆ ਹੀ ਸੀ, ਅਤੇ ਕੁਛ ਕੁ ਜਿਹੜਾ ਰਹਿੰਦਾ ਹੈਗਾ ਵੈਸੇ ਉਹ ਤਾਂ ਨੋਰਮਲ ਹੈਗਾ। ਹੁਣ ਤੁਹਾਨੂੰ ਦੱਸਿਆ ਵੀ ਮੈਂ ਅੱਜ ਫਿਰ ਕੰਮ ਕਰਕੇ ਨਹੀਂ ਜਾਂਦੀ। ਹਲੋ, ਆਹ ਵਾਲਾ ਸਮਾਨ ਆਪਾਂ ਲੈ ਕੇ ਆਇਆਂਗੇ ਮੈਂ, ਅਤੇ ਇਹਨੂੰ ਪਹਿਲਾਂ ਕੱਢ ਲਵਾਂ ਸਾਰੇ ਨੂੰ। ਸੋਇਆ ਚੰਕਸ ਕੱਢੀਆਂ ਨੇ, ਇਹ ਵੈਸੇ ਮੈਂ ਵਿੱਚ ਨਹੀਂ ਪਾਉਣੀਆਂ, ਮੈਂ ਵੈਸੇ ਲੈ ਕੇ ਆਈ ਸੀ, ਬਿਕੋਜ਼ ਸਬਜ਼ੀ ਵਗੈਰਾ ਬਣਾਉਣ ਨੂੰ ਜਾਂ ਵੈਸੇ ਖਾਣ ਨੂੰ ਸੀਗੀਆਂ, ਖਤਮ ਹੋ ਗਈਆਂ ਸੀਗੀਆਂ ਸੋਇਆ ਚੰਕਸ। ਆਹ ਵੀ ਸੋਇਆ ਚੰਕਸ ਨੇਗੇ, ਵੈਸੇ ਇਹ ਮਤਲਬ ਚੰਕਸ ਦੇ ਉਹਦੇ ਛੋਟੇ ਛੋਟੇ ਹੋਣੇਗੇ, ਭਰੀਆਂ ਹੋਈਆਂ ਨੇਗੀਆਂ, ਇਹ ਨੂਟਰੀ ਬਣਾਉਣ ਦੇ ਲਈ ਬਹੁਤ ਵਧੀਆ ਰਹਿੰਦੀਆਂ ਨੇਗੀਆਂ। ਮੈਂ ਫਸਟ ਟਾਈਮ ਲੈ ਕੇ ਆਈਆਂ, ਵੈਸੇ ਮੈਂ ਵੱਡੀਆਂ ਨੂੰ ਇਹਨਾਂ ਨੂੰ ਹੀ ਭਿਉਂ ਕੇ, ਜਿਹੜੇ ਵੱਡੇ ਪੈਕਟ 'ਚ ਨਹੀਂ ਲੱਗਦੇ ਸੀ ਇਹਨਾਂ ਨੂੰ, ਕਿਉਂਕਿ ਫਿਰ ਉਹਨਾਂ ਨੂੰ ਹੱਥਾਂ ਨੇ ਇੱਦਾਂ ਤੋੜ ਲੈਂਦੀ ਸੀ, ਇੱਦਾਂ ਬਣਾਉਂਦੇ ਸੀ। ਫਿਰ ਉਸ ਵਾਰੀ ਮੈਂ ਇਹ ਲੈ ਆਈ, ਮੈਂ ਕਿਹਾ ਵੀ ਟਾਈਮ ਵੇਸਟ ਨਹੀਂ ਹੁੰਦਾ ਇਹਦੇ ਨਾਲ। ਜਿਹੜਾ ਮੈਂ ਮੇਨ ਸਮਾਨ ਹੈ ਮੈਂ ਉਹ ਕਰਦੀ ਹੁੰਦੀ, ਸਭ ਤੋਂ ਪਹਿਲਾਂ ਕੈਸ਼ਿਊ ਯਾਨੀ ਕਿ ਕਾਜੂ, ਸੈਕਿੰਡ ਹੈਗੇ ਨੇ ਆਲਮੰਡ, ਬਦਾਮ,
ਹੈਗੇ ਨੇਗੇ ਮਖਾਣੇ, ਭੂਲ ਮਖਾਣਾ, ਐਂਡ ਫੋਰਥ ਹੈਗੇ ਨੇਗੇ ਮਗਜ਼। ਇੱਕ ਮੈਂ ਵੈਸੇ ਸੌਂਫ ਹੈ ਜਿਹੜੇ ਕਿ ਮੈਂ ਮਤਲਬ ਉਹਦੇ 'ਚ ਅਸੀਂ ਚਾਹ ਵਗੈਰਾ ਵੀ ਚੁਕਾਉਂਦੇ ਹੁੰਦੇ ਹਾਂਗੇ, ਇਹਦੇ 'ਚ ਵੀ ਫੈਨਲ ਮੈਂ ਪਾ ਸਕਦੀ ਹਾਂ। ਫੈਨਲ ਸੀ ਬਹੁਤ ਜ਼ਿਆਦਾ ਸਹੀ ਹੈਗਾ, ਜੇ ਮਤਲਬ ਘੱਟ ਘੱਟ ਦੁੱਖਦਾ ਉਹਦੇ ਲਈ ਸਹੀ ਰਹਿੰਦਾ ਹੈਗਾ। ਅਤੇ ਹੈਗੇ ਨੇ ਰੋਸਟਡ ਚਨਾ, ਯਾਨੀ ਕਿ ਛੋਲਿਆਂ ਦੇ ਦਾਣੇ ਹੋ ਗਏ, ਨਮਕ ਲੱਗਿਆ ਹੋਇਆ ਹੈਗਾ, ਬਾਕੀ ਹੋਰ ਕੁਛ ਨਹੀਂ। ਪਹਿਲਾਂ ਮੈਂ ਆਹ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਅੰਦਰ ਹੀ ਰੱਖ ਲੈਣਾ, ਬਿਕੋਜ਼ ਇਹਨਾਂ ਦੀ ਫਿਲਹਾਲ ਮੈਨੂੰ ਜ਼ਰੂਰਤ ਨਹੀਂ ਹੈ। ਪੈਨ ਲੈ ਆਈ, ਪੈਨ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਸਾਫ ਕਰ ਲੈਣਾ। ਇਹ ਮੰਤਰੀ ਬਣਾਉਂਦੇ ਚੰਗੀ ਤਰ੍ਹਾਂ ਨਹੀਂ ਇਹ ਕਲੀਨ ਜੀ ਕੀਤੀ, ਨਹੀਂ ਤਾਂ ਮੈਂ ਇਹਨੂੰ ਜਮਾਂ ਹੀ ਮਾਂਜ ਕੇ ਸਾਫ ਕਰ ਦੇਣੀ ਹੁੰਦੀ ਹਾਂ। ਹੁਣ ਮੈਂ ਇਹ ਸਮਾਨ ਮੈਂ ਕੀ ਕਰਨਾ, ਮਤਲਬ ਇਹ ਰੋਸਟ ਹੋਏ ਹੋਏ ਨੇ, ਇਹਨਾਂ ਨੂੰ ਦੁਬਾਰਾ ਤੋਂ ਰੋਸਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇਹਨਾਂ ਨੂੰ ਰੋਸਟ ਕਰਨਾ, ਮੈਂ ਇਹ ਆਪਣੇ ਲਈ ਵੀ ਬਣਾਉਂਗੀ, ਆਪਣੇ ਲਈ ਮੈਂ ਰੋਸਟ ਕੀਤੇ ਬਿਨਾਂ ਬਣਾਉਂਗੀ, ਅਤੇ ਉਹ ਅੱਜ ਨਹੀਂ ਬਣਾਉਂਗੀ, ਉਹ ਤਾਂ ਮੈਂ ਆਪਣੇ ਲਈ ਤਾਂ ਜੋ ਬਣਾਉਣਾ ਬਾਅਦ 'ਚ ਬਣਾਉਂਗੀ, ਪਹਿਲਾਂ ਮੈਂ ਥੋੜ੍ਹਾ ਥੋੜ੍ਹਾ ਪੋਰਸ਼ਨ ਕਬਿੱਤਰ ਦੇ ਲਈ ਬਣਾਉਂਗੀ। ਜੀ ਆਪਾਂ ਸੀਜ਼ਰ ਵੀ ਨਾਲ ਲੈ ਲਈ, ਨਾਲ ਹੀ ਮੈਂ ਲੈ ਲਈ ਹੈਗੀ ਇੱਕ ਕੋਲੀ, ਤੋਂ ਪਹਿਲਾਂ ਮੈਂ ਇਹਨਾਂ ਨੂੰ ਰੋਸਟ ਕਰ ਲੂੰਗੀ। ਕੋਈ ਘਿਓ ਘਿਓ 'ਚ ਨਹੀਂ ਕਰਨੀ, ਉੱਦਾਂ ਹੀ ਭੁੰਨ ਲੈਣੇ, ਬਸ ਕੱਚਾਪਨ ਦੂਰ ਹੋ ਜੇ, ਬਿਕੋਜ਼ ਆਪਾਂ ਪਵਿੱਤਰ ਨੂੰ ਪਵਾਉਣੇ ਨੇਗੇ। ਜਿਵੇਂ ਆਪਾਂ ਤਾਂ ਹੈ ਨਾ ਵੈਸੇ ਵੀ ਆਪਣੇ ਹਜਮ ਆ ਜਾਂਦਾ ਕਿ ਕੋਈ ਇਹਦਾ ਕੱਚਾ ਪੱਕਾ ਤਾਂ ਹੁੰਦਾ ਨਹੀਂ ਡਰਾਈ ਫਰੂਟਸ ਦਾ ਨਾ, ਇਸ ਕਰਕੇ। ਪਰ ਬੱਚੇ ਦੇ ਲਈ ਫਿਰ ਵੀ ਆਪਾਂ ਨੂੰ ਮਤਲਬ ਕੀ ਆ, ਡਰਾਈ ਫਰੂਟ ਕਰ ਲਊਂਗੀ ਮੈਂ। ਮਤਲਬ ਇੱਕ ਮੁੱਠੀ ਹੋਣੀ ਚਾਹੀਦੀ ਆ, ਥੋੜ੍ਹੀ ਜਿਹੀ ਇੰਨੀ ਕੁ ਕੁਆਂਟਿਟੀ ਬਹੁਤ ਹੈਗੀ, ਕਿਉਂਕਿ ਸਾਰੀਆਂ ਚੀਜ਼ਾਂ ਪੈਣੀਆਂ ਨੇਗੀਆਂ, ਅਤੇ ਬਸ ਇੱਕ ਮੁੱਠੀ ਬਹੁਤ ਹੈ। ਪਹਿਲਾਂ ਇਹਨੂੰ ਮੈਂ ਡਰਾਈ ਰੋਸਟ ਕਰਦੀ ਹਾਂ, ਗੈਸ ਕਰਤਾ ਔਨ, ਨਾਲ ਦੀ ਨਾਲ ਇਹਨੂੰ ਮੈਂ ਇੱਦਾਂ ਹਿਲਾਉਂਦੀ ਰਹੂੰਗੀ। ਛੋਟਾ ਸਪੂਨ ਮੈਨੂੰ ਨਹੀਂ ਮਿਲਿਆ, ਇਸ ਕਰਕੇ ਮੈਂ ਵੱਡੀ ਕੜਛੀ ਹੀ ਲੈ ਆਈ। ਇਹ ਆਪਣੇ ਰੋਸਟ ਹੋ ਚੁੱਕੇ ਨੇਗੇ, ਕਲਰ ਬਿਲਕੁਲ ਚੇਂਜ ਹੋ ਗਿਆ, ਇਹਨੂੰ ਮੈਂ ਨਾਲ ਦੀ ਨਾਲ ਇਹਦੇ 'ਚ ਕੱਢ ਦਿੰਦੀ ਹਾਂ। ਇਹਨਾਂ ਨੂੰ ਤੋੜ ਕੇ ਮੈਂ ਇੱਦਾਂ ਵੀ ਰੋਸਟ ਹੋ ਗਏ, ਮਤਲਬ ਇਹਨਾਂ ਦਾ ਕਲਰ ਚੇਂਜ ਹੈ ਜਿਹੜਾ ਉਹ ਹੋ ਗਿਆ, ਕੱਚੇ ਨਹੀਂ ਰਹਿਣਗੇ ਇੱਦਾਂ। ਮੇਨ ਬਸ ਮਕਸਦ ਇਹਨਾਂ ਨੂੰ ਭੁੰਨਣ ਦਾ ਇਹੀ ਹੈ, ਬਿਨਾਂ ਕਿਸੇ ਘਿਓ ਤੋਂ ਹੀ ਭੁੰਨਣੇ ਨੇਗੇ, ਇਹ ਨਹੀਂ ਹੈਗਾ ਆਪਾਂ ਘਿਓ, ਕਿਉਂਕਿ ਜੇ ਘਿਓ 'ਚ ਭੁੰਨਾਂਗੇ ਪੀਸੇ ਨਹੀਂ ਜਾਣੇ, ਫਿਰ ਉਹ ਮਿਕਸੀ ਦੇ ਨਾਲ ਹੀ ਚਿਪ ਜਾਣੇ ਨੇਗੇ। ਆਪਾਂ ਨੇ ਇਹਨਾਂ ਦਾ ਪਾਊਡਰ ਬਣਾਉਣਾ, ਡੈਟਸ ਵਾਈ ਮੈਂ ਇਹਨਾਂ ਨੂੰ ਘਿਓ 'ਚ ਨਹੀਂ ਭੁੰਨਦਾ, ਕਿਉਂ ਆਪਾਂ ਬਾਅਦ 'ਚੋਂ ਪਾ ਸਕਦੇ ਹਾਂ ਇਹਦੇ ਵਿੱਚ, ਜਦੋਂ ਆਪਾਂ ਇਹਨਾਂ ਨੂੰ ਮਤਲਬ ਬੱਚੇ ਨੂੰ ਖਵਾਉਣਾ ਉਦੋਂ। ਇਹ ਵੀ ਆਪਣੇ ਹੋ ਗਏ, ਗੈਸ ਫਿਰ ਘੱਟ। ਲਓ ਜੀ ਬਦਾਮ ਵੀ ਮੈਂ ਜਿਹੜੇ ਨੇਗੇ ਉਹ ਕਰ ਲਏ, ਕੱਟ ਲਏ, ਕੱਟ ਕੇ ਬਸ ਮੈਂ ਇਹਨਾਂ ਨੂੰ ਰੋਸਟ ਕਰਨਾ। ਹੁਣ ਗੈਸ ਮੈਂ ਕਰ ਦਿੰਦੀ ਹਾਂ ਫੁੱਲ 'ਤੇ, ਇੱਧਰੋਂ ਮੈਂ ਆਹ ਵੀ ਇਹਦੇ 'ਚ ਬੋਕਸ ਦੇ ਵਿੱਚ ਕੱਢ ਦਾਂ, ਅਤੇ ਇਹ ਵੀ ਤੁਹਾਨੂੰ ਮੇੜਦਾ ਨਾਲ ਦੀ ਨਾਲ, ਕਿਉਂਕਿ ਇਹ ਅਸੀਂ ਚਾਹ 'ਚ ਪਾਉਣੇ ਹੁੰਦੇ ਜਿਵੇਂ ਪਹਿਲਾਂ ਹੀ ਮੈਂ ਦੱਸਿਆ ਹੈ। ਖੰਚ ਮਿੱਠੀ ਹੁੰਦੀ ਹੈ, ਇਹ ਆਪਾਂ ਇਹਦੇ 'ਚ ਜ਼ਿਆਦਾ ਵੀ ਪਾ ਸਕਦੇ ਹਾਂਗੇ, ਕਿਉਂਕਿ ਯਾਨੀ ਕਿ ਢਿੱਡ ਦੇ ਲਈ ਵੀ ਸਹੀ ਹੈ, ਵੀ ਗੈਸ ਵਗੈਰਾ ਨਹੀਂ ਬਣਦੀ ਬੱਚੇ ਦੇ, ਇਹ ਆਪਾਂ ਜ਼ਿਆਦਾ ਵੀ ਪਾ ਸਕਦੇ ਹਾਂ, ਤਾਂ ਕੋਈ ਚੱਕਰ ਨਹੀਂ। ਬਾਕੀ ਇਹ ਮਿੱਠਾ ਹੁੰਦਾ ਹੈਗਾ,
ਮਿੱਠਾ ਦਾ ਕੰਮ ਕਰੂਗਾ ਇਹ ਇੱਕ, ਹੈ ਨਾ, ਤਾਂ ਕਰਕੇ ਮੈਂ ਇਹ ਪਾਊਂਗੀ ਇਹ। ਜਿਵੇਂ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਹੈ ਨਾ, ਇਹਨੂੰ ਆਪਾਂ ਬਿਨਾਂ ਰੋਸਟ ਕੀਤੇ ਵੀ ਪੇਸਟ ਬਣਾ ਸਕਦੇ ਹਾਂ, ਕਿਉਂਕਿ ਬਾਅਦ 'ਚੋਂ ਵੀ ਇਹਨੂੰ ਪਕਾਉਣਾ ਹੁੰਦਾ, ਬਟ ਮੈਨੂੰ ਥੋੜ੍ਹਾ ਜਿਹਾ ਐਂ ਸੀਗਾ ਵੀ ਮੈਂ ਰੋਸਟ ਕਰ ਲਵਾਂ, ਤਾਂ ਇਸ ਕਰਕੇ ਬਣਾਓ ਉਹਨੂੰ ਜਮਾਂ ਹੀ ਬਰੀਕ। ਹੁਣ ਆਉਂਦਾ ਗਿਆ ਆਪਣੇ ਮਖਾਣੇ। ਇਹ ਸਭ ਤੋਂ ਜ਼ਿਆਦਾ ਹੈਲਦੀ ਨੇਗੇ, ਮਤਲਬ ਇਹਦੀ ਆਪਾਂ ਖੀਰ ਵੀ ਕਰਕੇ ਦੇ ਸਕਦੇ ਹਾਂਗੇ ਬੱਚਿਆਂ ਨੂੰ, ਭੁੰਨ ਕੇ ਰੱਖ ਲਓ ਉਹਦੀ, ਮਤਲਬ ਉਹਨੂੰ ਖੀਰ ਬਣਾ ਕੇ ਦੇ ਸਕਦੇ ਹਾਂਗੇ। ਮੈਂ ਤਾਂ ਤੁਹਾਨੂੰ ਦੱਸਿਆ ਜੀ ਥੋੜ੍ਹੇ ਜਿਹੇ ਪਾਉਣੇ ਨੇ ਇਹਦੇ 'ਚ, ਬਾਕੀ ਉਹਨੂੰ ਖੀਰ ਵਗੈਰਾ ਵਾਸਤੇ ਵੀ ਦਿਆ ਕਰੂੰਗੀ। ਖੁਦ ਵੀ ਮੈਂ ਇਹਦੀ ਰੈਸਪੀ ਬਣਾਉਣੀ ਆ, ਮੈਂ ਬਾਅਦ 'ਚੋਂ ਬਣਾਉਂਗੀ ਕਿਸੇ ਦਿਨ ਖਾਣ ਦੇ ਲਈ, ਆਪਣੇ ਖਾਣ ਦੇ ਲਈ। ਅਤੇ ਹੁਣ ਇਹਨੂੰ ਮੈਂ ਭੁੰਨ ਲੈਂਦੀ ਹਾਂ, ਘੱਟ ਕੇ ਕਰ ਦੇਣਾ ਗੈਸ। ਇਹਨਾਂ ਨੂੰ ਥੋੜ੍ਹਾ ਜਿਹਾ ਘਿਓ ਪਾ ਕੇ ਭੁੰਨਣਾ ਪੈਣਾ, ਬਿਲਕੁਲ ਥੋੜ੍ਹਾ ਜਿਹਾ ਦੇਸੀ ਘਿਓ ਪਾਉਂਦੀ ਮੈਂ, ਬਿਕੋਜ਼ ਇਹ ਉੱਦਾਂ ਜਲਦੀ ਹੋਣੇ ਨਹੀਂ। ਲਓ ਜੀ ਇਹ ਵੀ ਆਪਣੇ ਭੁੰਨੇ ਗਏ, ਗੈਸ ਕਰ ਦੇਣਾ ਆਪਾਂ ਟੋਟਲੀ ਬੰਦ, ਤੋਂ ਇਹਦੇ ਵਿੱਚ ਆਪਾਂ ਕੁਛ ਨਹੀਂ ਭੁੰਨਣਾ। ਅਤੇ ਇੰਨਾ ਸਾਰਾ ਹੋ ਗਿਆ, ਇੱਕ ਕੌਲੀ ਹੋ ਗਈ ਇਹ ਪੂਰੀ। ਅਤੇ ਇਹਦੇ ਵਿੱਚ ਇੱਕ ਜਾਂ ਦੋ ਇਲਾਚੀਆਂ ਵੀ ਐਡ ਕਰ ਸਕਦੇ ਹੈਗੇ, ਮੈਂ ਸਿਰਫ ਇਹਦੇ ਵਿੱਚ ਇੱਕ ਹੀ ਐਡ ਕਰੂੰਗੀ। ਮੈਂ ਲੱਗਦੀ ਸੀਗੀ ਇਹਨੂੰ ਪੀਸਣ, ਅਤੇ ਮੇਰੇ ਨਾਲ ਦੀ ਨਾਲ ਯਾਦ ਆ ਗਿਆ ਵੀ ਇਹਦੇ ਵਿੱਚ ਇੱਕ ਚੀਜ਼ ਤਾਂ ਰਹਿ ਗਈ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਵੀ ਮੈਂ ਹੋਰ ਇਹਦੇ 'ਚ ਕੁਛ ਨਹੀਂ ਪਾਉਣਾ, ਬਟ ਇਹਦੇ ਵਿੱਚ ਜਿਹੜੀ ਮੇਨ ਚੀਜ਼ ਆ ਉਹ ਤਾਂ ਰਹਿ ਹੀ ਗਈ। ਹੁਣ ਮੈਂ ਪਹਿਲਾਂ ਉਹ ਰੈਡੀ ਕਰ ਲਵਾਂ, ਮਤਲਬ ਉਹਨੂੰ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ, ਛੋਲੇ ਭੁੰਨੇ ਹੋਏ ਨੇ ਆਲਰੇਡੀ। ਇਹਨਾਂ ਨੂੰ ਮੈਂ ਇਹਦੇ ਛਿਲਕਾ ਉਤਾਰ ਲਵਾਂ ਪਹਿਲਾਂ, ਇੱਦਾਂ ਕਰਕੇ ਉੱਤਰ ਜਾਣਾ ਇਹਦਾ ਛਿਲਕਾ। ਤਾਂ ਛਿਲਕਾ ਨਹੀਂ ਰਹਿਣਾ ਚਾਹੀਦਾ ਇਹਦਾ, ਕਿਉਂਕਿ ਇਹ ਬਹੁਤ ਹੀ ਕਰੜਾ ਜਿਹਾ ਹੁੰਦਾ ਗਾ। ਇੱਦਾਂ ਦਾ ਕਰਕੇ ਬਿਲਕੁਲ ਸਾਫ਼ ਸਾਫ਼ ਕਰਕੇ ਮੈਂ, ਚਲੋ ਇਹ ਬਣਾ ਲਵਾਂ ਇੱਦਾਂ ਸਾਰਾ, ਮਤਲਬ ਛਿਲਕਾ ਉਤਾਰ ਕੇ ਉਹਦੇ ਵਿੱਚ ਰੈਡੀ ਕਰ ਲਵਾਂ ਇਹ। ਇਹਦੇ ਵਿੱਚ ਮੈਂ ਜਿਹੜੇ ਨੇਗੇ ਛੋਲੇ ਸਾਰੇ ਪਾ ਲਏ, ਦੋ ਮੁੱਠੀਆਂ ਵਾਂਗੂ ਪਾ ਲਏ, ਮਤਲਬ ਸਾਰੀ ਚੀਜ਼ਾਂ ਵਾਲਾ ਹੀ ਵੱਧ ਪਾਏ ਨੇਗੇ। ਅਤੇ ਨੀਚੇ ਛਿਲਕੇ ਛਿਲਕਾ ਹੋ ਗਿਆ, ਪਹਿਲਾਂ ਮੈਂ ਉਹਨੂੰ ਸਾਫ਼ ਕਰਦਾ, ਮੈਂ ਬਾਅਦ 'ਚ ਇਹਨੂੰ ਪੀਸੂੰਗੀ, ਬਿਕੋਜ਼ ਮੈਨੂੰ ਫਿਰ ਡਾਊਟ ਜਿਹਾ ਰਹਿੰਦਾ ਇੱਦਾਂ, ਜੇ ਮੈਨੂੰ ਇਹ ਹੁੰਦਾ ਵੀ ਕਲੀਨ ਹੋ ਗਿਆ ਸਾਰਾ ਕੁਛ, ਅਤੇ ਮੈਂ ਨਾਲ ਦੀ ਮੈਂ ਕਲੀਨਿੰਗ ਕਰਦੀ ਰਹਿੰਦੀ ਹਾਂਗੀ, ਜੋ ਵੀ ਖਿਲਰ ਦਾ ਨਾਲ ਦੀ ਮੈਂ ਸਾਫ਼ ਕਰਨਾ ਹੁੰਦਾ ਹੈ। ਹੁਣ ਇਹਨੂੰ ਆਪਾਂ ਕਰ ਦਿਆਂਗੇ ਭੁੰਨਣਾ ਸਟਾਰਟ। ਓ ਸੋਰੀ, ਮਿਕਸੀ ਐਂ ਚੱਲ ਗਈ, ਇੱਧਰੋਂ ਸੁੱਚ ਲੱਗੀ ਹੋਈ ਸੀ, ਕੈਮਰਾ ਵੀ ਸੈੱਟ ਕਰ ਲਈਏ ਆਪਾਂ। ਇਹਨੂੰ ਸਾਰੇ ਸਮਾਨ ਨੂੰ ਇਕੱਠੇ ਹੀ ਪਾ ਦੇਣਾ। ਇਹਦੇ ਵਿੱਚ ਮਿੱਠੇ ਦੇ ਲਈ ਆਪਾਂ ਮਿਸ਼ਰੀ ਐਡ ਕਰਾਂਗੇ, ਅਤੇ ਜੇ ਬੱਚਾ ਸੋਲਟੀ ਖਾਂਦਾ ਤਾਂ ਇਹਦੇ ਵਿੱਚ ਸੋਲਟ ਆਲਰੇਡੀ ਹੈਗਾ, ਸੋਲਟ ਪਾਉਣ ਦੀ ਐਕਸਟਰਾ ਜ਼ਰੂਰਤ ਨਹੀਂ ਹੁੰਦੀ। ਵੈਸੇ ਮੈਂ ਮਿੱਠਾ ਬਣਾਉਂਗੀ, ਮਿਸ਼ਰੀ ਪਾਊਂਗੀ, ਮੈਂ ਖੰਡ ਨਹੀਂ ਪਾਊਂਗੀ। ਇਹਦੇ ਵਿੱਚ ਕੱਢ ਦਈਏ, ਕੰਟੇਨਰ ਬਿਲਕੁਲ ਵੀ ਗਿੱਲਾ ਨਹੀਂ ਹੋਣਾ ਚਾਹੀਦਾ, ਸਿੱਲਾ ਜਿਹਾ ਨਾ ਹੋਵੇ। ਇਹਦੇ ਵਿੱਚ ਥੋੜ੍ਹਾ ਜਿਹਾ ਛਿਲਕਾ ਜਿਹਾ ਲੱਗ ਗਿਆ ਸੀਗਾ, ਸੋਚਿਆ ਵੀ ਮਿੱਠਾ ਰੋਜ਼ ਰੋਜ਼ ਐਡ ਕਰਨ ਨਾਲ, ਹੈ ਨਾ, ਵੀ ਮਿਸ਼ਰੀ ਨੂੰ ਰੋਜ਼ ਰੋਜ਼ ਤਾਂ ਕਰਨਾ ਔਖਾ ਹੈਗਾ।
ਇੱਕੋ ਵਾਰੀ 'ਚ ਉਹਨੂੰ ਮੈਂ ਪਾ ਕੇ ਐਡ ਕਰਕੇ ਰੱਖ ਦਿੰਦੀ ਹੈਗੀ। ਉਹਨੂੰ ਤਾਂ ਮੈਂ ਇਹਦੇ 'ਚ ਮਾਡਲ ਐਂਡ ਟੈਸਟ ਦੇ ਨਾਲ ਹੀ ਬਣਾਉਂਦੀ। ਬਿਲਕੁਲ ਬਰੀਕ ਪੀਸੀ ਵੀ, ਇਹਦੇ ਵਿੱਚ ਵੀ ਕੋਈ ਦਾਣਾ ਨਹੀਂ ਰਿਹਾ। ਹੁਣ ਇਹਨੂੰ ਮੈਂ ਪਹਿਲਾਂ ਐਡ ਕਰ ਲਵਾਂ ਇਹਦੇ ਵਿੱਚ, ਇਹਦਾ ਟੇਸਟ ਕਰਕੇ ਦੇਖਾਂ ਕਿਹੋ ਜਿਹਾ। ਇਹ ਵੀ ਮਿੱਠਾ ਹੀ ਆ ਬਿਕੋਜ਼ ਇਹਦੇ ਵਿੱਚ ਸੌਂਫ ਪਾਈ ਸੀ ਮੈਂ। ਥੋੜ੍ਹਾ ਜਿਹਾ ਹੀ ਐਡ ਕਰੂੰਗੀ ਫਿਰ ਮੈਂ, ਇਸ ਕਰਕੇ ਮੈਂ ਇੱਕੋ ਹੀ ਸਪੂਨ ਐਡ ਕਰੂੰਗੀ ਫਿਰ, ਕਿਉਂਕਿ ਫਿਰ ਉਹਦੇ ਲਈ ਜ਼ਿਆਦਾ ਮਿੱਠਾ ਵੀ ਸਹੀ ਨਹੀਂ ਹੈਗਾ ਕਿ ਨੋਰਮਲੀ ਮਿੱਠਾ ਇਹ। ਤੁਹਾਨੂੰ ਦੱਸਿਆ ਜੀ ਸੌਂਫ ਨਾਲ ਨੋਰਮਲੀ ਮਿੱਠਾ ਹੋ ਜਾਂਦਾ। ਬਾਕੀ ਇਹਦੇ ਵਿੱਚ ਅੱਗੇ ਜਿਹੜਾ ਸਮਾਨ ਪੈਣਾ ਉਹ ਵੀ ਮਿੱਠਾ ਹੀ ਆ। ਇਹ ਆਪਣਾ ਹੋ ਗਿਆ ਐਡ ਮਿੱਠਾ, ਇਹਦਾ ਆਪਾਂ ਕਰ ਦਿਆਂਗੇ ਨੈਕਸਟ ਸਟੈਪ ਸਟਾਰਟ। ਉਹਦੇ ਲਈ ਆਪਾਂ ਨੇ ਗੈਸ ਔਨ ਕਰ ਲੈਣਾ, ਪੈਨ ਰੱਖ ਲੈਣੀ ਹੈ। ਸਭ ਤੋਂ ਪਹਿਲਾਂ ਉਹਦੇ ਵਿੱਚ ਦੇਸੀ ਘਿਓ ਬਿਲਕੁਲ ਥੋੜ੍ਹਾ ਜਿਹਾ, ਕਿਉਂਕਿ ਜ਼ਿਆਦਾ ਦੀ ਜ਼ਰੂਰਤ ਨਹੀਂ ਹੈ, ਮੈਂ ਇੱਕੋ ਹੀ ਸਪੂਨ ਬਣਾਉਂਗੀ, ਇੰਨਾ ਕੁ ਬਹੁਤ ਹੈਗਾ। ਕਿਉਂਕਿ ਉਹ ਤੁਹਾਨੂੰ ਦੱਸਿਆ ਵੀ ਭੁੰਨਿਆ ਹੋਇਆ ਇੱਦਾਂ ਵੀ ਰੱਖ ਸਕਦੇ ਹਾਂ ਆਪਾਂ, ਅਤੇ ਬਾਅਦ 'ਚੋਂ ਭੁੰਨਣਾ ਤਾਂ ਭੁੰਨ ਲਓ, ਇਹ ਜ਼ਰੂਰੀ ਨਹੀਂ ਹੈਗਾ ਬਿਕੋਜ਼ ਉਹ ਆਲਰੇਡੀ ਪੱਕਿਆ ਹੋਇਆਗਾ। ਜੇ ਆਪਾਂ ਨੂੰ ਇਹ ਵੀ ਆਪਾਂ ਕੁਛ ਹੋਰ ਐਕਸਟਰਾ ਉਹਦੇ ਲਈ ਐਡ ਕਰਨਾ ਤਾਂ ਆਪਾਂ ਇਹ ਭੁੰਨ ਰਹੇ, ਚਲੋ ਹੋਰ ਹੈਲਦੀ ਹੋ ਜੂਗਾ। ਸਿਰਫ ਇੱਕ ਸਪੂਨ ਵਾਧੂ ਹੈ, ਇਹਨੂੰ ਇਹਦੇ ਵਿੱਚ ਪਾ ਲਓ, ਨਾਲ ਦੀ ਨਾਲ ਇਹਨੂੰ ਹਿਲਾਉਂਦੇ ਰਹੋ ਬਿਕੋਜ਼ ਇਹ ਮੱਛੇ ਨਾ ਬਸ ਹਲਕਾ ਜਿਹਾ ਹੀ ਕਰਨਾ ਇਹਨੂੰ ਆਪਾਂ ਨੇ। ਇਹਨੂੰ ਚਾਹੀਦਾ ਆਪਾਂ ਇੱਦਾਂ ਵੀ ਖਵਾ ਸਕਦੇ ਹਾਂ, ਹੁਣ ਉਹਨੂੰ ਭੁੰਨਿਆ ਗਿਆ ਇਹ, ਅਤੇ ਮੈਂ ਇਹਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਹੋਰ ਐਡ ਕਰੂੰਗੀ ਵੀ ਉਹਨੂੰ ਮਤਲਬ ਸਾਰੀ ਚੀਜ਼ਾਂ ਉਹਨੂੰ ਟੇਸਟ ਪਤਾ ਲੱਗਦਾ ਰਹੇ ਪਵਿੱਤਰ ਨੂੰ। ਉਹਦੇ ਕਰਕੇ ਉਹਦੇ ਲਈ ਮੈਂ ਇੰਨੀ ਮਿਹਨਤ ਕਰਦੀ ਹੈਗੀ। ਨਾਲੇ ਉਹਨੇ ਇਹ 'ਚੋਂ ਵੀ ਅੱਧਾ ਖਾਣਾ ਹੈਗਾ ਸ਼ਾਇਦ, ਹੈ ਨਾ, ਪਰ ਇਹ ਹੈ ਵੀ ਆਪਾਂ ਇਹਨੂੰ ਐਵੇਂ ਰੱਖ ਦਾਂਗੇ, ਬਾਅਦ 'ਚੋਂ ਉਹਨੂੰ ਗਰਮ ਕਰਕੇ ਖਵਾ ਸਕਦੇ ਹਾਂਗੇ। ਇਹ ਨਹੀਂ ਹੈਗਾ ਵੀ ਜੇ ਉਹਨੇ ਛੱਡਤਾ ਤਾਂ ਜਿਹੜਾ ਜਿਹਾ ਖਰਾਬ ਹੋ ਗਿਆ, ਨਹੀਂ ਇਹਨੂੰ ਕਦੋਂ ਮਰਜ਼ੀ ਖਵਾ ਸਕਦੇ ਹਾਂ ਆਪਾਂ, ਪੂਰਾ ਦਿਨ 'ਚ ਖਰਾਬ ਨਹੀਂ ਹੋਊਗਾ। ਜਿਵੇਂ ਮੈਂ ਮੋਰਨਿੰਗ ਬਣਾ ਕੇ ਚੱਲ ਜਾਇਆ ਕਰੂੰਗੀ, ਮਨਪ੍ਰੀਤ ਪਿੱਛੋਂ ਖਵਾ ਦਿਆ ਕਰਨਗੇ ਜਦੋਂ ਮੈਂ ਕੰਮ 'ਤੇ ਹੁੰਦੀ ਹੈਗੀ। ਅਤੇ ਇਹ 'ਚ ਨਾਲ ਦੀ ਨਾਲ ਆਪਾਂ ਕਰ ਦੇਣਾ ਥੋੜ੍ਹਾ ਜਿਹਾ ਮਿਲਕ ਐਡ, ਮੈਂ ਲਾਈਕ ਇਹ ਆਪਾਂ ਜਿਵੇਂ ਆਪਾਂ ਦੇਗ ਦੇ ਵਿੱਚ ਹੈ ਨਾ ਜਾਂ ਕੜਾਹ ਬਣਾਉਣੇ ਆਪਾਂ ਜਿਵੇਂ ਘਰ, ਉਹਦੇ ਵਿੱਚ ਆਪਾਂ ਕੀ ਐਡ ਕਰਦੇ ਹਾਂ ਪਾਣੀ, ਪਾਣੀ ਦੀ ਬਜਾਏ ਬਸ ਇਹਦੇ ਵਿੱਚ ਮਿਲਕ ਐਡ ਕਰ ਲਓ। ਚਲੋ ਜੀ ਵਿੱਚ ਥੋੜ੍ਹਾ ਜਿਹਾ ਹੋਰ, ਇਹ ਚੰਗੀ ਤਰ੍ਹਾਂ ਬਣ ਗਿਆ ਹੁਣ, ਇਹਨੂੰ ਜਿਹੜਾ ਵਿਪਰ ਲੱਗਿਆ ਸਾਰਾ ਇਹਦੇ ਵਿੱਚ ਮਿਕਸ ਕਰ ਲਓ। ਬਸ ਇਹ ਬਣ ਗਿਆ, ਤਾਂ ਪਾਣੀ 'ਚ ਵੀ ਬਣਾ ਸਕਦੇ ਹਾਂਗੇ, ਬਟ ਮੈਂ ਦੁੱਧ ਤਾਂ ਲਿਆ ਗਾ ਵੀ ਉਹੀ ਹੈ, ਚਲੋ ਹੈਲਦੀ ਤਾਂ ਹੋ ਗਿਆ, ਨਾਲੇ ਦੁੱਧ ਦਾ ਟੇਸਟ ਪਤਾ ਲੱਗੂ ਬਿਕੋਜ਼ ਵੈਸੇ ਤਾਂ ਉਹ ਫਾਰਮੂਲਾ ਲੈਂਦੀ ਆਪਦਾ, ਅਤੇ ਇਹਦੇ ਨਾਲ ਉਹਨੂੰ ਦੁੱਧ ਦਾ ਟੇਸਟ ਬਾਕੀ ਸਾਰੀਆਂ ਚੀਜ਼ਾਂ ਦਾ ਟੇਸਟ ਪਤਾ ਲੱਗੂਗਾ, ਅਤੇ ਖਾਣ ਦੇ ਲਈ ਸੌਫਟ ਹੈ, ਹੈਲਦੀ ਹੈ, ਸਾਰਾ ਕੁਛ ਹੈ ਇਹ। ਲਓ ਜੀ ਇਹ ਆਪਣਾ ਇੱਦਾਂ ਬਣ ਕੇ ਰੈਡੀ ਹੈਗਾ, ਇਹਨੂੰ ਇਸ ਤੋਂ ਪਤਲਾ ਵੀ ਕਰ ਸਕਦੇ ਹਾਂਗੇ, ਕੌਲੀ ਦੇ ਵਿੱਚ ਕੱਢ ਲੈਂਦੀ ਹਾਂ। ਜੇ ਆਪਾਂ ਨੂੰ ਜਮੀ ਲਾਈਕ ਖੀਰ ਦੀ ਤਰ੍ਹਾਂ ਖਵਾਉਣਾ ਤਾਂ ਇਹਨੂੰ ਥੋੜ੍ਹਾ ਜਿਹਾ ਦੁੱਧ ਹੋਰ ਐਡ ਕਰ ਲਓ, ਮੈਂ ਇਹਨੂੰ ਦੇਗ ਦੀ ਤਰ੍ਹਾਂ ਬਣਾਇਆ ਗਾ, ਆਹ ਵਾਲੀ ਕੰਸਿਸਟੈਂਸੀ ਇਹਦੀ। ਬਸ ਹੁਣ ਇਹ ਉਹਦੇ ਖਾਣ ਦੇ ਲਈ ਰੈਡੀ ਹੈ, ਕਿ ਦਲੀਆ ਟਾਈਮ ਦਾ ਦਲੀਆ ਹੋ ਗਿਆ ਮਤਲਬ ਇਹ ਇੱਕ ਤਰ੍ਹਾਂ ਦਾ। ਹਾਂਜੀ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ, ਅਤੇ ਆਪਣੇ ਬੱਚਿਆਂ ਨੂੰ ਬਣਾ ਕੇ ਜ਼ਰੂਰ ਖਵਾਇਓ, ਬੱਚਾ ਕਿੱਦਾਂ ਕਿੰਨੇ ਵਧੀਆ ਟੇਸਟ ਨਾਲ ਖਾਂਦਾ ਉਹ ਮੈਨੂੰ ਜ਼ਰੂਰ ਸ਼ੇਅਰ ਕਰਿਓ, ਅਤੇ
ਆਪਾਂ ਇੱਦਾਂ ਹੋਰ ਨਵੀਂ ਰੈਸਪੀਆਂ ਦੇ ਨਾਲ ਫਿਰ ਮਿਲਾਂਗੇ, ਹੈ ਨਾ। ਮੈਂ ਕੁਛ ਨਾ ਕੁਛ ਬਣਾਉਂਦੀ ਰਹਿੰਦੀ ਹੈਗੀ ਪਵਿੱਤਰ ਦੇ ਲਈ, ਤਾਂ ਮੈਂ ਸਪੈਸ਼ਲੀ ਕੁਛ ਨਾ ਕੁਛ ਟਰਾਈ ਕਰਦੀ ਰਹਿੰਦੀ ਹੈਗੀ, ਕੁਛ ਵੀ ਨਵਾਂ ਵੀ ਉਹ ਕਿਸੇ ਵੀ ਤਰੀਕੇ ਨਾਲ ਹਰ ਇੱਕ ਚੀਜ਼ ਦਾ ਟੇਸਟ ਪਤਾ ਲੱਗੇ। ਅਤੇ ਚਲੋ ਤੁਸੀਂ ਵੀ ਇਹ ਰੈਸਪੀ ਇੱਦਾਂ ਬਣਾ ਕੇ ਦੇਖਿਓ। ਬਸ ਦੁੱਧ ਅਤੇ ਪਾਣੀ ਆਪਸ਼ਨਲ ਹੈ, ਤੁਸੀਂ ਪਾਣੀ 'ਚ ਵੀ ਬਣਾ ਸਕਦੇ ਹੋ, ਦੁੱਧ 'ਚ ਵੀ ਬਣਾ ਸਕਦੇ ਹੋ। ਬਣਾ ਕੇ ਜਿਵੇਂ ਆਪਾਂ ਲੌਂਗ ਸਫ਼ਰ 'ਤੇ ਵੀ ਕਿਤੇ ਲੌਂਗ ਡਰਾਈਵ 'ਤੇ ਜਾ ਰਹੇ ਹੈਗੇ ਨਾ ਜ਼ਿਆਦਾ ਟਾਈਮ ਦੇ ਲਈ, ਉਹ ਬਣਾ ਕੇ ਆਪਾਂ ਪਾ ਕੇ ਲੈ ਜਾਓ। ਅਤੇ ਜੇ ਠੰਡਾ ਵੀ ਖਵਾ ਲਾਂਗੇ ਤਾਂ ਵੀ ਕੋਈ ਚੱਕਰ ਨਹੀਂ, ਕਿਉਂਕਿ ਇਹਦਾ ਕਿਹੜਾ ਕੋਈ ਐਡਾ ਕੋਈ ਇਸ਼ੂ ਹੈਗਾ ਵੀ ਇਹ ਠੰਡਾ ਹੋ ਗਿਆ ਤਾਂ ਖਰਾਬ ਹੋ ਗਿਆ, ਇੱਦਾਂ ਕੁਛ ਨਹੀਂ ਹੋਊਗਾ। ਮੈਂ ਇਸ ਤਰ੍ਹਾਂ ਜਿਹੜਾ ਕਿ ਸਵੇਰੇ ਬਣਾ ਕੇ ਰੱਖ ਦਿਆ ਕਰੂੰਗੀ। ਚਲੋ ਜੀ, ਹੁਣ ਮੈਂ ਇਹ ਲੱਗਦੀ ਹਾਂ ਕਿ ਪਵਿੱਤਰ ਨੂੰ ਖਵਾਉਣ, ਅਤੇ ਤੁਸੀਂ ਇਹ ਰੈਸਪੀ ਜ਼ਰੂਰ ਬਣਾ ਕੇ ਦੇਖਿਓ। ਅਤੇ ਮੈਂ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ। ਮੈਂ ਪਵਿੱਤਰ ਨੂੰ ਇਹ ਖਵਾ ਕੇ ਫਿਰ ਤੁਹਾਨੂੰ ਕੱਲ੍ਹ ਨੂੰ ਰਿਵਿਊ ਦਿਉਂਗੀ ਵੀ ਹਾਂ ਪਵਿੱਤਰ ਨੂੰ ਟੇਸਟ ਕਿਵੇਂ ਦਾ ਲੱਗਿਆ ਸੀ, ਉਹ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਚਲੋ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ। ਬਾਏ ਬਾਏ।